ਹਾਂਜੀ ਸਾਰੇ ਜੀ ਨੂੰ ਨਮਸਤੇ ਆਪਣੇ ਮਾਂਚਲੇ YouTube ਚੈਨਲ ਇਸ ਤੋਂ ਹੰਦਾ ਬੜਾ ਬੜਾ ਸਵਾਗਤ ਹੈ ਅੱਜ ਇਹ ਖਾਜ ਮੈਂ ਲੱਗਿਆ ਬਣਾਣਾ ਮਾਕੜੀਆਂ ਕਹਿੰਦੇ ਨਾ ਜੋ ਕਿੰਨੀਆਂ ਜਗ੍ਹਾ ਹੀ ਮਾਂਚਲੇ 'ਚ ਖਟਾਈ ਵੀ ਬੋਲਦੇ ਕਹਿੰਦੇ ਇਹ ਬਣਦੀਆਂ ਕੱਚੇ ਅੰਬਾਂ ਦੀਆਂ ਹੁਣ ਜੀਆਂ ਕੱਚੇ ਅੰਬਾਂ ਦਾ ਸੀਜ਼ਨ ਸ਼ੁਰੂ ਹੋਣੇ ਆਲਾ ਹੀ ਮਾਂਚਲੇ 'ਚ ਤਾਂ ਆਪਣੇ ਮਾਂਚਲੇ ਦੇ ਜਿਹੜੀਆਂ ਲੋਕ ਜਿਹੜੇ ਹਨ ਸਗਰੇ ਖਟਾਈ ਹੈ ਅਮਚੂਰ ਬਣਾਉਂਦੇ ਇਹਨਾਂ ਦਾ ਅੱਜ ਹੀ ਮਾਕੜੀਆਂ ਬਣਾਈਆਂ ਤੇ ਇਹਨਾਂ ਜੋ ਗ੍ਰਾਇੰਡ ਕਰ ਲਿਆ ਤਾਂ ਬਧੀ ਅਮਚੂਰ ਪਾਊਡਰ ਤਿਆਰ ਹੋ ਗਿਆ ਨਾ ਬਿਲਕੁਲ ਕਿੰਗੀ ਸੁੱਕੀਆਂ ਹਨ ਮਾਕੜੀਆਂ ਕਾਨੇ ਜਿੰਨਿਓ ਫਿਰ ਬਾਦ ਵਿੱਚ ਇਹ ਖੱਟੀ ਦਾਲ ਬਣਾਣੀ ਹੈ ਚਨੇ ਦਾ ਖੱਟਾ ਬਣਾਣਾ ਤਾਂ ਇਸ ਤੇ ਮਾਕੜੀਆਂ ਪਾਏਂਦੇ ਤਾਂ ਬੜੀਆ ਖੱਟਾ ਸਵਾਦ ਆ ਜਾਂਦਾ ਕਾਨੇ ਬੜਾ ਦਾਲ ਖੱਟਾ ਬੜਾ ਵਧੀਆ ਲੱਗਦਾ ਤਾਂ ਚਲ ਆ ਦੇਖਦੇ ਕਿ ਇੰਜ ਜਮੇ ਮਾਕੜੀਆਂ ਬਣਾਈਆਂ ਤੇ ਦੇਖਾ ਮਾਕੜੀਆਂ ਖਟਾਈ ਬਣਾਉਣੇ ਤੇ ਇਹ ਦੇਖਾ ਕੱਚੇ ਆਂਬ ਲਏ ਨੇ ਅਜ ਬੜੀ ਕਿ ਦੁਈ ਲਿਆ ਕਨੋਣੇ ਇਹਨਾਂ ਦੇ ਜਿਹੜੇ ਛਿਲਕੇ ਨੇ ਛਿੱਲੀ ਲੈਣੇ ਨੇ ਦੇਖਾ ਜਿੰਨੇ ਵੀ ਆਂਬ ਲਏ ਹੋਣਾ ਕਾਨੇ ਇੱਕ ਦੇਖਾ ਵੱਡੀ ਪਲੇਟ ਲੈ ਲਈ ਹੋਇਆ ਇਹ ਦੇਖਾ ਆਂਬ ਛਿੱਲੇ ਹਨ ਕਹਿੰਦੇ ਹੁਣੇ ਜਿੰਨੇ ਪਤਲੇ ਪਤਲੇ ਹੁੰਦੇ ਨਾ ਸਲਾਈਸ ਸਹਿ ਦੇ ਕੱਟਣੇ ਜਾਂਨੇ ਤਾਂ ਤੁਸੀਂ ਨੇ ਕਿਹਾ ਕਿ ਬੜੀ ਜੁਕੀ ਜਾਂਦੇ ਜੇ ਅਗਰ ਜ਼ਿਆਦਾ ਮੋਟੇ ਕੱਟ ਗਿਆ ਤਾਂ ਫਿਰ ਸੁਕਣੇ ਥੋੜਾ ਟਾਈਮ ਲੱਗਣਾ ਜਿੰਨੇ ਪਤੋੜੇ ਪਤਲੇ ਪਤਲੇ ਕੱਚਰੀਆਂ ਨੇ ਕੱਟ ਗਿਆ ਨਹੀਂ ਨਾ ਕੱਚੇ ਬਾਲੀਆਂ ਦੇਖਾ ਸਲਾਈਸ ਕੱਟ ਗਿਆ ਨੇ ਨਾ ਕਹਿੰਦੇ ਇਹ ਦੇਖਾ ਜਿੰਨੇ ਆਂਬ ਮਿਲਿਆ ਸਾਰਿਆਂ ਦੇ ਕੱਟੀ ਗਰੀ ਫਿਰ ਹਾਂ ਨਾ ਜੋ ਧੁੱਪਾ ਰੱਖਣਾ ਹੈ ਇਹ ਦੇਖਾ ਕੱਚੇ ਅੰਬ ਬੱਬੀ ਕਿ ਕੱਟਿਤੇ ਆ ਨਾ ਕਨੌਣੇ ਦੇਖਾ ਧੁੱਪਾ ਚ ਰਹਿ ਗਈ ਤੀਓ ਪਲੇਟ ਕਨ ਬੱਦੀ ਹੈ ਕਿ ਸਕੇਰ ਨੇ ਆ ਨੇ ਲਗਗ 3 ਤੇ 4 ਦਿਨ ਦੀ ਧੁੱਪ ਹੰਦਸਣੀ ਹੈ ਤਾਂ ਹੀ ਵਧੀਆ ਜੜੀਆਂ ਮਾਕੜੀਆਂ ਤਿਆਰ ਹੁੰਦੀਆਂ ਨੇ ਕੰਨੇ ਰੱਖਾ ਮੜੀਆਂ ਜੀਆਂ ਰਾਤੀ ਪਲੇਟ ਅੰਦਰ ਲਈ ਹੋਣੀ ਇੱਕ ਨੇ ਦਿਨੇ ਧੁੱਪਾ ਚ ਰੱਖੀਏ ਨੀ ਤਾਂ ਵਧੀਆ ਸੁੱਕ ਜਾਂਦੀਆਂ ਇਹ ਦੇਖਾ ਵਧੀਆ ਧੁੱਪ ਤੇਜ ਹੈ ਕਿ ਤਾਂ ਹੁਣ ਮਾਕੜੀਆਂ ਮਤਲਬ ਇਹ ਜੇ ਕੱਚਾ ਅੰਬਾਂ ਕੱਟਿਓ ਨੇ ਨਾ ਸੁਕਣਾ ਦਿੰਦੇ ਆ ਤੇ ਦੇਖਾ 3 ਤੇ 4 ਦਿਨ ਮੈਂ ਚੇਆ ਮਸਕੇਰੀ ਲਾਇਆ ਤੇ ਜਿਹੜੀਆਂ ਹਾਂ ਸਲਾਈਸ ਕੀਤੇ ਤੇ ਤਾਂ ਹੁਣ ਇਹਾਂ ਦੀਆਂ ਮਾਕੜੀਆਂ ਤਿਆਰ ਹੋਈਆਂ ਨੇ ਤਾਂ ਇਹਨਾਂ ਨੂੰ ਇੱਕ 에어ਟਾਈਟ ਡੱਬੇ ਚ ਰਹੀ ਦਿਆ ਤਾਂ ਸਾਲਵਰ ਕੁਛ ਨਹੀਂ ਹੁੰਦਾ ਵਧੀਆ ਸਹੀ ਰਹਿੰਦੀਆਂ ਬਿਲਕੁਲ ਖਰਾਬ ਨਹੀਂ ਹੁੰਦੀਆਂ ਤਾਂ ਜਾਲੀ ਫਿਰ ਤੂੰ ਖੱਟੀ ਦਾਲ ਬਣਾ ਦੇਣੇ ਚਨੇ ਦਾ ਖੱਟਾ ਬਣਾ ਦੇਣ ਤਾਂ ਤੂੰ ਇਸੇ ਮਾਕੜੀਆਂ ਦਾ ਯੂਜ਼ ਕਰੀ ਸਕਦੇ ਕਹਿੰਦੇ ਤੂੰ ਇਹਨਾਂ ਚੋਂ ਵੀ ਕਰੇਮਚੂਰ ਪਾਊਡਰ ਵੀ ਬਣਾ ਸਕਦੇ ਸਰ ਤੋਹਾਂ ਪਰ ਡਿਪੈਂਡ ਕਿ ਵੀ ਤੋਹਾਂ ਕਿਆ ਕਰਨਾ ਚਾਹੁੰਦੇ ਮਾਕੜੀਆਂ ਰੱਖਣਾ ਚਾਹੁੰਦੇ ਆ ਅਮਚੂਰ ਪਾਊਡਰ ਬਣਾਉਣਾ ਚਾਹੁੰਦੇ ਤਾਂ ਤੋਹਾਂ ਜੋ ਅਗਰੇ ਮਾਕੜੀਆਂ ਦੀ ਰੈਸਪੀ ਜਾਂ ਖਟਾਈ ਦੀ ਰੈਸਪੀ ਪਸੰਦ ਆਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਨੇ ਹੋ ਕਹਿੰਦੇ ਆਪਣਾ ਹਿਮਾਚਲੀ YouTube ਚੈਨਲ ਹੈ ਸਬਸਕ੍ਰਾਈਬ ਵੀ ਕਰ ਹੀ ਲੈਣਾ ਤਬ ਵੀ ਮਿਲਦੇ ਨੇ ਇੱਕ ਨਵੀਂ ਵੀਡੀਓ ਤੁਹਾਡਾ ਵੀਡੀਓ ਦੇਖਣ ਲਈ ਬੜਾ ਬੜਾ ਧੰਨਵਾਦ